ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਹੈ ਡਾਕ ਵਿਭਾਗ ਘਰ ਘਰ ਜਾ ਕੇ ਸਰਵੇ ਕਰੇਗਾ ਰਜਿਸਟ੍ਰੇਸ਼ਨ ਕਰੇਗਾ 6 ਮਹੀਨਿਆਂ ਦੇ ਬਿਜਲੀ ਦੇ ਬਿੱਲ ਦੀ ਕਾਪੀ ਦੇਣੀ ਪਵੇਗੀ ਛੱਤ ਤੇ ਸੋਲਰ ਲਵਾਉਣਾ ਤਾਂ 60000 ਰੁਪਏ ਵਿੱਚ 1 ਕਿਲੋਵਾਟ ਦਾ ਸੋਲਰ ਪੈਨਲ ਜਿਸ ਤੇ 30000 ਰੁਪਏ ਦੀ ਸਬਸਿਡੀ ਮਿਲੇਗੀ 3 ਕਿਲੋਵਾਟ ਸਮਰੱਥਾ ਦੇ ਸੋਲਰ ਪੈਨਲ ਨੂੰ ਲਾਉਣ ਲਈ 40% ਜਿਹੜੀ ਸਬਸਿਡੀ ਔਰ 10 ਕਿਲੋਵਾਟ ਦਾ ਸੋਲਰ ਪਾਵਰ ਪਲਾਂਟ ਲਾਉਣਾ ਚਾਹੁੰਦੇ ਹੋ ਤਾਂ ਇਹਦੇ ਲਈ 20% ਜਿਹੜੀ ਸਬਸਿਡੀ ਹੋਏਗੀ ਇਹ ਯੋਜਨਾ 31 ਮਾਰਚ 2026 ਤੱਕ ਜਿਹੜੀ ਲਾਗੂ ਕੀਤੀ ਜਾਣੀ ਹੈ ਔਰ ਹਰ ਖਪਤਕਾਰ ਨੂੰ 300 ਯੂਨਿਟ ਫ੍ਰੀ ਬਿਜਲੀ ਦੇ ਨਾਲ ਸਬਸਿਡੀ ਵੀ ਮਿਲੇਗੀ ਔਰ 1 ਕਿਲੋਵੈਟ ਦਾ ਰੂਫਟਾਪ ਸੋਲਰ ਲਗਾਉਣਾ ਚਾਹੁੰਦੇ ਆ ਤਾਂ ਕੁੱਲ ਜਿਹੜੀ ਇਹਦੀ ਕਾਸਟ ਹੈ 60000 ਰੁਪਿਆ ਤੇ 30000 ਰੁਪਿਆ ਗਵਰਨਮੈਂਟ ਆਫ ਇੰਡੀਆ ਤੁਹਾਡੇ ਖਾਤੇ ਵਿੱਚ ਪਾਏਗੀ ਔਰ 2200 ਘਰਾਂ ਦਾ ਜ਼ਿਲ੍ਹੇ ਵਾਈਜ਼ ਜਿਹੜਾ ਸਰਵੇਖਣ ਕੀਤਾ ਜਾਣਾ ਹੈ ਔਰ ਡਾਕ ਕਰਮਚਾਰੀ ਲੋਕਾਂ ਨੂੰ ਇਸ ਯੋਜਨਾ ਦਾ ਜਾਗਰੂਕ ਵੀ ਕਰਨਗੇ ਤੇ ਇਸੇ ਸੰਬੰਧੀ ਰਜਿਸਟ੍ਰੇਸ਼ਨ ਵੀ ਕਰਵਾਈ ਜਾਏਗੀ ਔਰ ਪੈਨਲ ਦੇ ਉੱਤੇ ਖਾਤਕਾਰ ਜਿਹੜੇ ਹੈ 25 ਸਾਲ ਵਿੱਚ 6.5 ਲੱਖ ਰੁਪਏ ਦੀ ਜਿਹੜੀ ਬਚਤ ਕਰਨਗੇ ਡਾਕਨ ਜਿਹੜਾ ਹੈ ਪੋਸਟ ਆਫਿਸ ਸਰਵੇ ਤੋਂ ਬਾਅਦ ਡਿਜੀਟਲ ਰਿਪੋਰਟ ਜਮ੍ਹਾਂ ਕਰਾਏਗਾ ਵੈਂਡਰ ਉਹਨਾਂ ਦੇ ਘਰ ਜਾਣਗੇ ਜਾਣਕਾਰੀ ਦੇਣਗੇ ਤੇ ਤਾਂ ਜੋ ਇਸ ਯੋਜਨਾ ਦਾ ਜਿਹੜਾ ਲਾਭ ਮਿਲ ਸਕੇ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਦੀ ਸ਼ੁਰੂਆਤ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਵੀ ਕੀਤੀ ਜਾ ਚੁੱਕੀ ਹੈ